ਚਮਕੀਆਂ ਕਿੰਨੀਆਂ ਹੋਵੇ ਨੇਰੀਆਂ ਹੈ ਆਹ ਦੇਖੋ ਜੀ ਮਿਰਚ ਮਾਰੀ ਆਹ ਬੰਦੇ ਦੇ ਕੰਮ ਦੇਖੋ ਦੋ ਚਮਚੀਆਂ ਰੱਖੀਆਂ ਜੀ ਇਹਨੇ ਆਪਣੇ ਥੱਲੇ ਸਾਂਝ ਦੋ ਯਾਰ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕੁਮ ਫਰੈਂਡ ਕੈਸੇ ਹੋ ਆਪ ਉਮੀਦ ਕਰਤਾ ਹੂੰ ਠੀਕ ਠਾਕ ਹੋ ਅੱਛਾ ਤਾਂ ਤੁਹਾਨੂੰ ਪਤਾ ਸੀ ਨਾ ਵੀ ਮਹਾਨਾ ਬੇਲੀਆ ਦਾ ਜੋ ਬਣਾਉਣ ਡਿਆ ਸੀ ਖੁੱਡਾ ਠੀਕ ਆ ਤਾਂ ਬੇਲੀਆਂ ਨੇ ਹੁਣ ਜਾਣੀ ਉਹਨਾਂ ਦੇ ਕੋਈ ਖਾਣ ਪੀਣ ਵੀ ਹੋ ਜਾਵੇ ਮਹਾਨੇ ਨੂੰ ਫਿਰ ਮਹਾਨੇ ਨੂੰ ਫਿਰ ਖਾਣਾ ਪਿਆਉਣਾ ਵੀ ਤਾਂ ਹੈ ਸੀ ਨਾ ਕੁਛ ਠੀਕ ਹੈ ਨਾ ਕੀ ਕਹਿੰਦੇ ਇਹਨੇ ਫੈਸਲ ਜਿਹੜਾ ਇੱਦਾਂ ਲੈ ਕੇ ਆਈ ਦਾ ਕਿ ਬੇਲੀ ਕੰਮ ਕੁੰਮ ਕਰਵਾਉਣ ਵਾਸਤੇ ਮਹਾਨੇ ਨੂੰ ਬਲ ਕੇ ਪਤਾ ਹੁਣ ਮਹਾਨੇ ਤੂੰ ਦੱਸ ਆ ਦੇਖੋ ਸਾਰੀ ਪਾਰਟੀ ਅਸੀਂ ਬੈਠੀ ਹੈ ਫੈਸਲ ਭਾਈ ਕੀ ਕਹਿਣਗੇ ਤੁਸੀਂ ਚੈੱਕ ਹੋ ਜੂ ਮਾਹੌਲ ਬਣ ਜੂਗਾ ਠੀਕ ਆ ਹੁਣ ਕੁਛ ਹੋਣ ਲੱਗਾ ਫਿਰ ਤੁਹਾਨੂੰ ਦਿਖਾਉਂਦੇ ਠੀਕ ਆ ਖਾਣ ਪੀਣ ਨੂੰ ਤੋ ਜੇ ਦੇਖੋ ਸਾਰਾ ਕੁਛ ਦੇਖੋ ਜੇ ਸਾਰਾ ਕੁਛ ਆ ਗਿਆ ਬੜੇ ਮਜ਼ੇ ਕਾ ਹੈ ਠੀਕ ਹੈ ਦੇਸੀ ਸਰੋਂ ਦਾ ਸਾਗ ਤੇ ਵਿੱਚ ਦੇਸੀ ਘਿਓ ਔਰ ਜੇ ਵੀ ਦੇਖੋ ਜੀ ਜੇ ਸਾਗ ਇਸਮੇ ਦੇਸੀ ਘੀ ਵੀ ਡਲਾ ਹੂ ਹੈ ਬੜਾ ਮਜ਼ਾ ਆਨੇ ਵਾਲਾ ਹੈ ਠੀਕ ਹੈ ਉਹ ਆ ਗਏ ਫੈਸਲ ਇਹ ਦੇਖੋ ਫੈਸਲ ਭਾਈ ਸਾਰਾ ਕੁਛ ਲੈ ਕੇ ਆ ਰਹੇ ਹਾਂਜੀ ਫੈਸਲ ਭਾਈ ਤੁਹਾਡਾ ਲੱਗੀਆਂ ਕਿਆ ਵੈਰੀ ਵੈਲ ਫੈਸਲ ਭਾਈ ਲੈ ਕੇ ਆ ਰਹੇ ਬਸ ਠੀਕ ਆ ਹੋਲੀਆਂ ਆ ਗਈਆਂ ਟੁੱਟ ਪੜੋ ਸ਼ਾਕਾ ਦੇਖੋ ਮਹਾਨਾ ਬਹੁਤ ਖੁਸ਼ ਹੈ ਜਨਾਬ ਫੇਵਰੇਟ ਤੁਹਾਨੂੰ ਮੈਂ ਦੱਸਿਆ ਸੀ ਨਾ ਉਹ ਪਿਛਲੀ ਵੀਡੀਓ ਵਿੱਚ ਸਰੋਂ ਦਾ ਸਾਗ ਮੇਰੀ ਫੇਵਰੇਟ ਡਿਸ਼ ਵਾ ਆਹ ਸਾਗ ਪਿਆ ਵਾ ਵਿੱਚ ਦੇਸੀ ਘਿਓ ਵੀ ਨਾਲ ਮੂਲੀਆਂ ਉਹ ਮੂਲੀ ਦੇ ਬਾਰੇ ਤੁਹਾਨੂੰ ਦੱਸਿਆ ਨਾ ਮੂਲੀ ਨਾਲ ਗੰਢਾ ਹੋਵੇ ਆਹ ਮੂਲੀ ਆ ਗਈ ਬੜਾ ਮਜ਼ਾ ਆਉਣ ਲੱਗਾ ਮਹਾਨਾ ਯਾਰ ਇੱਦਾਂ ਦੇ ਕੰਮ ਤੂੰ ਕਰਿਆ ਕਰ ਯਾਰ ਪੈਸੇ ਵਾਲੇ ਨੇ ਕਰਿਆ ਕਰ ਇੱਦਾਂ ਖਾਣ ਨਹੀਂ ਆਹ ਸਹੀ ਆ ਦੇਸੀ ਘਿਓ ਆ ਅੱਛਾ ਇੱਕ ਗੱਲ ਹੈ ਮਹਾਨਾ ਵੈਸੇ ਮੈਨੂੰ ਨਾਲ ਹੀ ਰੱਖਦਾ ਆਪਣੇ ਹਰ ਕੰਮ 'ਚ ਖਾਣ ਪੀਣ ਵਿੱਚ ਵੀ ਅਸੀਂ ਇਕੱਠੇ ਜਿਹਾ ਹੁੰਦੇ ਹਾਂ ਭਾਈ ਅਸੀਂ ਇਕੱਠੇ ਹੋਈ ਦਾ ਖਾਣ ਪੀਣ ਦੇ ਮਾਮਲੇ 'ਚ ਵੀ ਕੰਮ ਕਰਨ ਦੇ ਮਾਮਲੇ 'ਚ ਵੀ ਇਸ ਵਜ੍ਹਾ ਤੋਂ ਬਹੁਤ ਫਾਇਦਾ ਮੈਨੂੰ ਆਹ ਬਾਤੇ ਹਨ ਵਾਜਦ ਭਾਈ ਔਰ ਫੈਸਲ ਭਾਈ ਫਿਰ ਸ਼ੁਰੂ ਕਰਤੇ ਅਭੀ ਬਹੁਤ ਡਿਸ਼ ਲੈਣੇ ਗਏ ਹੋਏ ਦਹੀਂ ਭਲੇ ਆਉਣੇ ਵਾਲੇ ਠੀਕ ਹੈ ਹਮਾਰੇ ਇਸ ਏਰੀਏ ਕੇ ਜੋ ਸਬਸੇ ਟੇਸਟ ਦਹੀ ਵਾਲੇ ਨਾ ਉਹ ਆਏ ਹੋਏ ਆਪਕੋ ਦਿਖਾਏਂਗੇ ਬੜਾ ਮਜ਼ਾ ਆਉਣੇ ਵਾਲਾ ਅੱਡੇ ਪੁਲ ਤਰ੍ਹਾਂ ਦੇ ਮੇਰੇ ਬੜੇ ਮਜ਼ੇ ਕੇ ਦਹੀ ਭੱਲੇ ਉਹ ਦੇਖੇ ਜੀ ਵਾਜਨ ਭਾਈ ਲੈ ਕੇ ਆ ਰਹੇ ਸਾਰਾ ਕੁਛ ਜੀ ਇਹ ਦੇਖੋ ਦਹੀ ਭੱਲੇ ਮੈਂ ਆਮ ਲੋਕਾਂ ਨੂੰ ਦਿਖਾ ਦਿੱਤਾ ਖੁੱਲੇ ਹੀ ਆ ਕੜਾਹੀ ਭਰਿਆ ਪਿਆ ਅੱਜ ਦਾ ਖੁੱਲੇ ਹੀ ਆ ਗਏ ਠੀਕ ਹੈ ਜਿਸ ਜਿਸ ਨੇ ਖਾਣੇ ਆ ਜਾਓ ਸ਼ੁਰੂ ਕਰਨੇ ਲਗੇ ਠੀਕ ਹੈ ਵਾਜਦ ਭਾਈ ਕਹਿ ਰਹੇ ਭੁੱਖ ਬਹੁਤ ਲੱਗੀ ਹੈ ਤਾਂ ਫਿਰ ਹੁਣ ਅਸੀਂ ਸ਼ੁਰੂ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਠੀਕ ਦੇਖੋ ਜੀ ਹੁਣ ਅਸੀਂ ਖਾਣ ਲੱਗੇ ਹਾਂ ਤਾਂ ਅੱਜ ਜਿੰਨੇ ਜਿੰਨੇ ਖਾਣੀ ਆ ਬੜਾ ਮਜ਼ਾ ਆਉਣ ਲੱਗਾ ਜੀ ਸਾਗ ਸਾਗ ਮੱਖਣ ਨਾਲ ਚੋਪੜ ਕੇ ਰੋਟੀਆਂ ਮੱਖਣ ਨਾਲ ਦਹੀਂ ਭੱਲੇ ਨਾਲ ਮੂਲੀ ਦਾ ਸਲਾਦ ਹਾਂ ਮੂਲੀ ਦਾ ਸਲਾਦ ਨਾਲ ਪਾਣੀ ਨਾਲ ਗਲਾਸ ਪਿੰਡੂ ਸਟਾਈਲ ਮੈਂ ਤਾਂ ਜਨਾਬ ਕਹਿੰਦਾ ਕਿ ਸਾਗ ਤਾਂ ਮੇਰੀ ਫੇਵਰੇਟ ਚੀਜ਼ ਆ ਸ਼ੁਰੂ ਕਰ ਰਹਿੰਦੀ ਹਲੇ ਮੱਖਣ ਨਾਲ ਚੋਪੜੀ ਹੋਈ ਰੋਟੀ ਤੁਹਾਨੂੰ ਦਿਖਾਉਂਦੇ ਹਾਂ ਹੈ ਕਿ ਨਹੀਂ ਭਿੱਜੀ ਰੋਟੀ ਘਿਓ ਚ ਇਹ ਰਾਟਾ ਵਾ ਹਲੇ ਭੱਲੇ ਅਸੀਂ ਸਾਈਡ ਤੇ ਰੱਖੇ ਵਾਹ ਭਾਈ ਵਾਹ
ਪਾਣੀ ਵਾਲਾ ਉਧਰ ਕਰਦੇ ਆ ਉਧਰ ਆ ਇਕੱਠੇ ਨਹੀਂ ਆਣੇ ਹਾਂ ਤੁਸੀਂ ਫੇਰ ਨਹੀਂ ਬਸ ਹੋ ਜਾਣਾ ਕਾਉਂਟ ਪੈਣੀ ਆ ਦੇਖੋ ਵਾਜੇ ਕੀ ਕਹਿ ਰਿਹਾ ਮੈਨੂੰ ਬਹੁਤ ਭੁੱਖ ਲੱਗੀ ਆ ਦੇ ਆ ਆਪਣਾ ਫੈਸਲਾ ਲੈ ਹਾਂ ਨਹੀਂ ਨਹੀਂ ਬਾਬਾ ਦੇ ਨਾ ਆ ਰੋਟੀ ਬਣਾ ਨਾ ਵਾਜੇ ਨੂੰ ਗਾਇਸ ਅਸੀਂ ਨੂੰ ਸ਼ੁਰੂ ਹੋਣ ਲੱਗੇ ਹੁਣ ਕਾਉਂਟ ਠੀਕ ਆ ਹੁਣ ਮੁਕਾਬਲ ਵਿੱਚ ਕੋਈ ਦਖਲਅੰਦਾਜ਼ੀ ਨਾ ਆਵਾਜ਼ ਨੂੰ ਸਭ ਤੋਂ ਜ਼ਿਆਦਾ ਭੁੱਖ ਲੱਗੀ ਹੈ ਪੜ ਠੀਕ ਆ ਕੰਮ ਵੀ ਸਾਨਾ ਜ਼ਿਆਦਾ ਮੈਂ ਕੀਤਾ ਕੁੱਟਾ ਤਮੀਰ ਕੀਤਾ ਜੇ ਮੰਨੇ ਇਹ ਵੇ ਗੱਲ ਨੀ ਚੋਟਾ ਪੱਟ ਪੱਟ ਕੇ ਪੂਰੀਆਂ ਕਿੰਨੀਆਂ ਮਾਰਦਾ ਵਾ ਕੱਲੀ ਕੱਲੀ ਇੱਟ ਮੈਂ ਬੜਾਈ ਮੰਨੇ ਨੂੰ ਤੁਸੀਂ ਵੇਖਿਆ ਵਾ ਕੋਨੀ ਰਿਕਾਰਡ ਚ ਹੈਗੀ ਹਰ ਸ਼ੈ ਬismillahir rahman ਹਾਂ ਵੀ ਕਿੱਦਾਂ ਟੇਸਟ ਵੀ ਵਾਜਨ ਭਾਈ ਬਾਬਾ ਜੀ ਕਮਾਲ ਆ ਨਮਕ ਜਨਾਬ ਕੋ ਖਾਣਾ ਚਾਹੁੰਦਾ ਤੇ ਆ ਜਾਓ ਕੰਮ ਦੀਆਂ ਗੱਲਾਂ ਨਹੀਂ ਹੈ ਨਾ ਯਾਰ ਇੱਕ ਬੇਲੀ ਆਪਣਾ ਰਹਿ ਗਿਆ ਹਫ਼ਜ ਕਿਹੜਾ ਆਹੋ ਜਿਹੜਾ ਵੀਡੀਓ ਦੇਖਣ ਡਿਆ ਆਹੋ ਲੈ ਲਓ ਭਾਈ ਜਿਹੜਾ ਬੰਦਾ ਵੀਡੀਓ ਦੇਖਣ ਡਿਆ ਲੈ ਲਓ ਜਿਹਨੂੰ ਦੇ ਦਿੱਤੀ ਥੋੜ੍ਹਾ ਪੈ ਜਾਣਾ ਕੰਮ ਗੱਲ ਬਹੁਤ ਲੰਮੀ ਇੱਥੋਂ ਲੈ ਕੇ ਨਹਿਰ ਜਿੱਤੀ ਲੰਮੀ ਮੇਰੀ ਥਾਪੀ ਨਾ ਦੇਖੀ ਬੁਰਕੀ ਅੱਗੇ ਗਈ ਸਾਡੇ ਕਈ ਵੀਰ ਜਿਹੜੇ ਬਾਹਰ ਗਏ ਆ ਦੇਖ ਲਓ ਆ ਜੇ ਪਾਕਿਸਤਾਨੀ ਰੋਟੀ ਇਹਨੂੰ ਉੱਥੇ ਤਰਸਦੇ ਹਾਂ ਆਪਾਂ ਤਾਂ ਦੇਖਣ ਨੂੰ ਨਹੀਂ ਲੱਭਦੀ ਤਸਵੀਰਾਂ ਦੇਖ ਦੇਖ ਕੇ ਰੋਂਦੇ ਹਾਂ ਉੱਥੇ ਖੁਬਸ ਖਾਂਦੇ ਰਹੇ ਜੇ ਖੁਬਸ ਤੇ ਉਹ ਟਾਵਰ ਵਾਲੀ ਰੋਟੀ ਜਦੋਂ ਤੁਰਕੀ ਗਏ ਇਹਨੂੰ ਆਪਣੀ ਪਰਾਂਠੇ ਯਾਦ ਆ ਜਾਂਦੀਆਂ ਇਹ ਸਾਗ ਦੇਖ ਲਓ ਇੱਥੇ ਲੱਭਦਾ ਹੀ ਨੀਗਾ ਇਹਨੂੰ ਸਰਸੋਂ ਦਾ ਸਾਗ ਕਹਿੰਦੇ ਆ ਜਿਹੜੇ ਗਏ ਇੱਥੋਂ ਪਾਕਿਸਤਾਨ 'ਚ ਉਹਨਾਂ ਨੂੰ ਤਾਂ ਪਤਾ ਹੋਣਾ ਸਾਰਾ ਨਾ ਜਾਏ ਉਹ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਨਹੀਂ ਉਹ ਮਾਵਾਂ ਨਹੀਂ ਉਹ ਲੱਭਦੀਆਂ ਫਿਰ ਕਾਕਾ ਉੱਥੇ ਤੈਨੂੰ ਕੀ ਪਤਾ ਕੀ ਬੀਤੀ ਜਾਂਦੀ ਅੱਧੀ ਅੱਧੀ ਰਾਤ ਜਦੋਂ ਬੰਦਾ ਉੱਠ ਕੇ ਰੋਂਦਾ ਨਾ ਜੀ ਤੁਸੀਂ ਦੁਬਈ ਦੀ ਗੱਲ ਕਰਨ ਦਿਓ ਨਾ ਜਿੱਦਣ ਛੁੱਟੀ ਹੋਣੀ ਹੁੰਦੀ ਨਾ ਅਗਲਾ ਜੀ ਕਸਮੇ ਨੀਂਦ ਨਹੀਂ ਆਉਂਦੀ ਕਿ ਅਗਲੇ ਦਿਨ ਘਰ ਜਾਣਾ ਜਿਹੜੇ ਨਾ ਸੁਬਾਹ 6 ਵਜੇ ਤੋਂ ਲੈ ਕੇ 10 ਨਹੀਂ ਵੱਜਦੇ ਫੈਕਟਰੀ ਵਿੱਚ ਅੱਛਾ ਤੁਸੀਂ ਕੈਸਨ ਮਿਸ ਨਹੀਂ ਕਰਨੇ ਓਏ ਯਾਰ ਉਹ ਕੁੱਤਾ ਪਤਾ ਨਹੀਂ ਕਿੱਥੇ ਆ ਘਰ ਵੀ ਨਹੀਂ ਆ ਕੈਸਰ ਲਾਹਰ ਕੈਸਰ ਆਇਆ ਵੀਰੇ ਓਏ ਯਾਰ ਗੇਮ ਕੀ ਮੈਂ ਥੋੜੇ ਦੇਰ ਪਹਿਲਾਂ ਲੜਦਾ ਆ ਖੈਰ ਯਾਰ ਤੁਮ ਕਾਲਾ ਘਰ ਨਹੀਂ ਗਾ ਹਾਂ ਨਾ ਬਾਹਰੇ ਬਰਾਦ ਨਾਲ ਜੋ ਉਹਦੇ ਘਰ ਨਹੀਂ ਸੀ ਅੱਛਾ ਵੀ ਕੈਸਰ ਤੇਰੇ ਮੁਕੱਦਰ ਤੇਲ ਨਾ ਹੋਈ ਇਹਦੀ ਕਿਤੇ ਵੀ ਦੇਖੂੰਗਾ ਇਹਦੀ ਖਾਪੀ ਜਾਣੀ ਹੁੰਦੀ ਆ ਦੇਖ ਲਓ ਮੈਨੂੰ ਕਹਿ ਰਿਹਾ ਵੀ ਤੇਰੀ ਸਪੀਡ ਚਿੜੀ ਆ ਗਈ ਹੈ ਸੁਣ ਲਓ ਇਹਨਾਂ ਦੀ ਗੱਲਾਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਵੈਸਦੀ ਨਾ ਖਾਪੀ ਜਾਰੀ ਹੁੰਦੀ ਆ ਖਾਂਦਾ ਥੋੜ੍ਹਾ ਹੀ ਆ ਖਪ ਬਹੁਤ ਪਾਣੀ ਹੁੰਦੀ ਫੜ ਲਓ ਫੜ ਲਓ ਬਈ ਮੈਂ ਚਾਸ ਆ ਰਹੀ ਬਈ ਦਿਲ ਤੇ ਵੈਸੇ ਕੰਡਿਆ ਹੁਣ ਅੱਡਾ ਟਵੀ ਪਰ ਕੀ ਕਰੀਏ ਨਹੀਂ ਆ ਕੋਈ ਨਹੀਂ ਯਾਰ ਜਿਹੜੇ ਕੋਈ ਦੂਰ ਭਰਾ ਸਾਡੇ ਹੈਗੇ ਆ ਸਾਡੇ ਲਾਗੇ ਛਾਗੇ ਰਹਿਣ ਵਾਲੇ ਉਹ ਸਾਨੂੰ ਕਮੈਂਟ ਵਿੱਚ ਦੱਸਣ ਅਸੀਂ ਉਹਨਾਂ ਨੂੰ ਖਵਾਵਾਂਗੇ ਦੇਖੋ ਜੀ ਹੁਣ ਅਸੀਂ ਇਹ ਦਹੀਂ ਭੱਲੇ ਖਾਣ ਲੱਗੇ ਹਾਂ ਠੀਕ ਆ ਅਮਾਨਾ ਸਾਡਾ ਵੇਟਰ ਦੇਣ ਡਿਆ ਪਾ ਕੇ ਦੇਖੋ ਇਹ ਸਾਫੀ ਆ ਦੇਖੋ ਖਾ ਖੂ ਕੇ ਆਇਆ ਹੁਣ ਫਰੈਸ਼ ਹੋ ਕੇ ਬੈਠੇ ਆ ਹੁਣ ਚੌੜਾ ਹੋ ਕੇ ਬੈਠਾ ਆਹ ਦੇਖੋ ਕਿੱਦਾਂ ਬੈਠਾ ਜੀ ਮਾਨਾ ਸਾਡਾ ਸਾਫੀ ਆ ਹੁਣ ਬੋਲ ਨਹੀਂ ਹੁਣ ਡਿਆ ਇਹਦੇ ਕੋਲ ਬੰਦੇ ਦੇ ਕੰਮ ਦੇਖੋ ਦੋ ਚਿਮਚੀਆਂ ਰੱਖੀਆਂ ਜੀ ਇਹਨੇ ਆਪਣੇ ਦੋ ਫਰੈਂਡ ਸਾਰਾ ਕੁਛ ਅੱਬ ਹਮ ਲੈਣਾ ਜੇ ਦੇਖੋ ਖਤਮ ਕਰ ਦਈਏ ਜੇ ਬੰਦਾ ਦੇਖੋ ਆਹ ਦੇਖੋ ਆਹ ਬੰਦੇ ਵੱਲ ਦੇਖੋ ਚਟਨੀ ਵੀ ਨਹੀਂ ਛੱਡਣ ਡਿਆ ਨਾ ਸਾਰੇ ਬਰਤਨ ਜਿਹੜੇ ਨਾ ਖਾਲੀ ਕਰਨੇ ਆ ਸਾਰੇ ਆ ਦੇਖੋ ਹਟ ਗਿਆ ਪਰ ਇਹ ਨਹੀਂ ਛੱਡਣ ਡਿਆ ਆਹ ਦੇਖੋ ਉੱਠ ਉੱਠ ਕੇ ਦੇਖਣ ਡਿਆ ਕੁਛ ਨਹੀਂ ਪਈ ਰਹਿ ਗਿਆ ਭਾਈ ਕੁਛ ਨਹੀਂ ਰਹਿ ਗਿਆ ਪਿੱਛੇ ਪਿੱਛੇ ਹੁਣ ਭਾਂਡੇ ਰਹਿ ਗਏ ਆ ਉਮੀਦ ਆ ਆਪਕੋ ਜੇ ਹਮਾਰੀ ਵੀਡੀਓ ਅੱਛੀ ਲੱਗੀ ਹੋਗੀ ਆਜ ਕਾ ਹਮਾਰਾ ਜੇ ਵਲਾਗ ਠੀਕ ਹੈ ਹਾਂਜੀ ਹਾਂਜੀ ਵਾਜ ਭਾਈ ਠੀਕ ਹੈ ਮਿਲਤੇ ਫਿਰ ਵੀਡੀਓ ਮੇ
मैंने तो खाना खा लिया, रात को भी मेरी छुट्टी कल सुबह, ठीक है ना? ठीक है फिर, ठीक है फैसल भाई फिर। ओके भाई, बहुत बहुत शुक्रिया। हाँ भाई, भाई आपका आने का। हाँ ही मान, देखो माना सिर्फ बैठाया। ठीक है जी, ओके जी फिर, अल्लाह हाफिज़।